ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ 'ਤੇ। ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਜੀ ਤੁਹਾਡੀ ਹੈਲਥ ਦੀ, ਹੈਲਥ ਨੂੰ ਲੈ ਕੇ ਜੋ ਵੀ ਇਸ਼ੂਜ਼ ਆਉਂਦੇ ਨੇ। ਅਤੇ ਇੱਕ ਵਾਰ ਫਿਰ ਤੋਂ ਸਾਡੇ ਨਾਲ ਹੋਣਗੇ ਡਾਕਟਰ ਨਵਦੀਪ ਸ਼ਰਮਾ ਜੀ, ਜੋ ਕਿ ਸਪੈਸ਼ਲ ਟਾਈਮ ਕੱਢ ਕੇ ਇੱਕ ਵਾਰ ਫਿਰ ਤੋਂ ਆਏ ਨੇ। ਉਹਨਾਂ ਦੇ ਨਾਲ ਡਿਸਕਸ ਕਰਾਂਗੇ, ਕਿਉਂਕਿ ਪਿੱਛੇ ਜੇ ਅਸੀਂ ਲਾਈਵ ਸ਼ੋਅ ਦੇ ਵਿੱਚ ਡਿਸਕਸ ਕੀਤੀਆਂ ਸੀ ਪੇਟ ਦੀਆਂ ਬਿਮਾਰੀਆਂ, ਕਿਉਂਕਿ ਡਾਕਟਰ ਨਵਦੀਪ ਸ਼ਰਮਾ ਜੀ ਨੇ USA ਦੇ ਵਿੱਚ ਵਿਜ਼ਿਟ ਕੀਤਾ, ਬਹੁਤ ਸਾਰੇ ਵਿਊਅਰਸ ਉੱਥੇ ਪਹੁੰਚੇ ਵੀ ਉਹਨਾਂ ਨੂੰ ਮਿਲਣ ਦੇ ਲਈ। ਅਤੇ ਇਹ ਪੇਟ ਦੀਆਂ ਬਿਮਾਰੀਆਂ ਦਾ ਇਸ਼ੂ ਜਿਹੜਾ ਹੈ, ਇਹ ਵਾਲੀ ਜਿਹੜੀ ਪ੍ਰੋਬਲਮ ਹੈ ਨਾ, ਬਹੁਤ ਸਾਰੇ ਲੋਕਾਂ ਨੂੰ ਫੇਸ ਕਰਨੀ ਪੈਂਦੀ ਹੈਗੀ ਆ, ਅਤੇ ਜਿਹਨੂੰ ਅਸੀਂ ਸਟਾਰਟਿੰਗ ਦੇ ਵਿੱਚ ਇਗਨੋਰ ਹੀ ਕਰ ਦਿੰਦੇ ਹਾਂ, ਹੌਲੀ ਹੌਲੀ ਇਹ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਆ। ਸੋ ਹੌਲੀ ਹੌਲੀ ਕਿਸ ਸਟੇਜ 'ਤੇ ਇਹ ਪ੍ਰੋਬਲਮ ਪਹੁੰਚ ਜਾਂਦੀ ਹੈ, ਉਸ ਬਾਰੇ ਡਿਸਕਸ ਕਰਾਂਗੇ, ਨਾਲ ਦੀ ਨਾਲ ਅਸੀਂ ਉਹਦੇ ਟ੍ਰੀਟਮੈਂਟ ਬਾਰੇ ਗੱਲ ਵੀ ਕਰਾਂਗੇ ਜੀ। ਸੋ ਨੰਬਰ ਫਲੈਸ਼ ਹੋਣੇ ਸ਼ੁਰੂ ਹੋ ਗਏ ਨੇ, ਇਹਨਾਂ ਨੰਬਰ ਨੂੰ ਨੋਟ ਕਰ ਲਓ, ਇਹਨਾਂ ਨੰਬਰ 'ਤੇ ਕਾਲ ਕਰ ਸਕਦੇ ਹੋ, USA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਸੈਂਟਰਸ ਦੇ ਵਿੱਚ। ਬਾਕੀ 15 ਅਗਸਤ ਤੋਂ ਬਾਅਦ ਡਾਕਟਰ ਨਵਦੀਪ ਸ਼ਰਮਾ ਜੀ USA ਦੇ ਵਿੱਚ ਹੋਣਗੇ, ਇਹਨਾਂ ਨੂੰ ਮਿਲ ਵੀ ਸਕਦੇ ਹੋ। ਪਰ ਜੋ ਵੀ ਚਾਹੇ ਮੈਡੀਸਿਨ ਮੰਗਵਾਉਣੀ ਹੈ, ਸੈਂਟਰਸ ਦੇ ਐਡਰੈਸ ਲੈਣੇ, ਡਾਕਟਰ ਨਵਦੀਪ ਸ਼ਰਮਾ ਜੀ ਨੂੰ ਮਿਲਣ ਦੇ ਲਈ ਅਪੁਆਇੰਟਮੈਂਟ ਫਿਕਸ ਕਰਨੀ ਹੈਗੀ ਆ, ਅਤੇ ਜੋ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਹੀ ਕਾਲ ਕਰਨੀ ਹੈਗੀ ਆ। ਸੋ ਵੈਲਕਮ ਕਰ ਲੈਂਦੇ, ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਜਿਵੇਂ ਮੈਂ ਗੱਲ ਕੀਤੀ ਪਿੱਛੇ ਜਿਹੇ ਲਾਈਵ ਸ਼ੋਅ ਦੇ ਵਿੱਚ, ਅਸੀਂ ਪੇਟ ਦੀਆਂ ਬਿਮਾਰੀਆਂ ਬਾਰੇ ਡਿਸਕਸ ਕੀਤਾ ਸੀਗਾ ਕਿ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਵੱਧਦੀਆਂ ਨੇ, ਉਸ ਤੋਂ ਬਾਅਦ ਬਹੁਤ ਸਾਰੀਆਂ ਕਾਲਸ ਵੀ ਆਈਆਂ, ਬਹੁਤ ਇਕੁਆਇਰੀਜ਼ ਆਈਆਂ। ਸੋ ਸਰ, ਜਿਵੇਂ ਕਿ ਤੁਸੀਂ ਦੱਸਿਆ ਸੀ ਕਿ ਹੌਲੀ ਹੌਲੀ ਜਾ ਕੇ ਬਹੁਤ ਮੇਜਰ ਜਿਹੜੀਆਂ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੀਆਂ ਨੇ। ਦੇਖੋ ਜੀ, ਸਭ ਤੋਂ ਮੇਜਰ ਜਿਹੜੀ ਡਿਜ਼ੀਜ਼ ਇਹਨਾਂ ਬਿਮਾਰੀਆਂ ਤੋਂ ਬਾਅਦ ਜਿਹੜੀ ਅੱਗੇ ਦੇਖਣ ਨੂੰ ਮਿਲਦੀ ਹੈ, ਉਹ ਹੈ ਅਲਸਰੇਟਿਵ ਕੋਲਾਈਟਿਸ। ਬੜੀ ਹੀ ਮੇਜਰ ਡਿਜ਼ੀਜ਼ ਹੈ, ਔਰ ਕਿਤੇ ਨਾ ਕਿਤੇ ਅਗਰ ਟ੍ਰੀਟ ਨਾ ਕੀਤਾ ਜਾਏ ਤੇ ਕੋਈ ਵੀ ਪੇਟ ਦੀ ਡਿਜ਼ੀਜ਼ ਸਲੋਲੀ ਐਂਡ ਗ੍ਰੈਜੂਅਲੀ ਅਲਸਰੇਟਿਵ ਕੋਲਾਈਟਿਸ ਵੱਲ ਪ੍ਰੋਸੀਡ ਕਰ ਸਕਦੀ ਹੈ। ਓਕੇ, ਹੁਣ ਜਦੋਂ ਆਪਾਂ ਅਲਸਰੇਟਿਵ ਕੋਲਾਈਟਿਸ ਦੀ ਗੱਲ ਕਰ ਰਹੇ ਹਾਂ, ਇਹ ਇੱਕ ਸਾਡੀ ਜਿਹੜੀ ਇੰਟਸਟਾਈਨ ਹੈ, ਸਮਾਲ ਤੇ ਲਾਰਜ, ਇਹਨਾਂ ਦੋਨਾਂ ਨੂੰ ਇਫੈਕਟ ਕਰਦੀ ਹੈ। ਹਾਲਾਂਕਿ ਲਾਰਜ ਇੰਟਸਟਾਈਨ ਨੂੰ ਜ਼ਿਆਦਾ ਇਫੈਕਟ ਕਰਦੀ ਹੈ। ਇਹਦੇ 'ਚ ਹੁੰਦਾ ਕੀ ਹੈ, ਅਲਸਰੇਸ਼ਨਸ ਜਿਸ ਤਰ੍ਹਾਂ ਸਾਡੇ ਮੂੰਹ 'ਚ ਛਾਲੇ ਪੈ ਜਾਂਦੇ ਨੇ, ਇਸ ਤਰ੍ਹਾਂ ਹੀ ਇੰਟਸਟਾਈਨ ਦੇ ਅੰਦਰ ਜਿਹੜੇ ਨੇ ਛੋਟੇ ਛੋਟੇ ਛਾਲੇ ਪੈ ਜਾਂਦੇ ਨੇ, ਇਹਨੂੰ ਕਹਿੰਦੇ ਨੇ ਅਲਸਰੇਸ਼ਨਸ। ਹੁੰਦਾ ਕੀ ਹੈ ਕਿ ਕੁਦਰਤ ਨੇ ਜਿਹੜਾ ਸਾਨੂੰ ਸਾਡਾ ਗੈਸਟਰੋ ਇੰਟਸਟਾਈਨਲ ਟ੍ਰੈਕ ਦਿੱਤਾ ਹੈ, ਉਹ ਸਾਰੇ ਦਾ ਸਾਰਾ ਕਵਰਡ ਹੈ ਇੱਕ ਮਿਊਕਸ ਮੈਂਬਰਨ ਦੇ ਨਾਲ। ਮਿਊਕਸ ਮੈਂਬਰਨ ਉਹ ਚੀਜ਼ ਹੈ ਜਿਹੜੀ ਕਿ ਇਹਨੂੰ ਪ੍ਰੋਟੈਕਟ ਕਰਦੀ ਹੈ। ਉਹਦਾ ਕਾਰਨ ਕੀ ਹੁੰਦਾ, ਦੇਖੋ ਸਾਡੇ ਪੇਟ 'ਚ ਡਾਈਜੈਸਟਿਵ ਇਨਜ਼ਾਈਮਸ ਨੇ ਜਿਹੜੀਆਂ ਕਿ ਪ੍ਰੋਟੀਨਸ ਨੂੰ ਡਾਈਜੈਸਟ ਕਰਦੀਆਂ ਨੇ। ਹੁਣ ਸਾਡੀ ਜਿਹੜੀ ਆਪਣੀ ਇੰਟਸਟਾਈਨ ਹੈ, ਉਹ ਵੀ ਪ੍ਰੋਟੀਨ ਦੀ ਬਣੀ ਹੈ ਜੀ, ਤੇ ਦੇਖਿਆ ਜਾਏ ਤਾਂ ਸਾਡੀ ਤੇ ਆਪਣੀਆਂ ਇਨਜ਼ਾਈਮਸ ਆਪਣੇ ਹੀ ਸਾਡੇ ਪੇਟ ਨੂੰ ਡਾਈਜੈਸਟ ਕਰ ਸਕਦੀਆਂ, ਆਪਣੀ ਹੀ ਇੰਟਸਟਾਈਨ ਨੂੰ ਡਾਈਜੈਸਟ ਕਰ ਸਕਦੀਆਂ ਨੇ। ਕੁਦਰਤ ਨੇ ਇੱਕ ਬੜੀ ਵਧੀਆ ਦੇ ਕਰਕੇ ਸੰਰਚਨਾ ਬਣਾਈ ਹੈ ਕਿ ਸਾਡਾ ਜਿਹੜਾ GIT ਟ੍ਰੈਕਟ ਹੈ ਉਹਨੂੰ ਮਿਊਕਸ ਮੈਂਬਰੇਨ ਨਾਲ ਕਵਰ ਕੀਤਾ ਹੋਇਆ ਹੈ। ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਅਗਰ ਆਪਾਂ ਇੱਕ ਇੱਟਾਂ ਦੀ ਕੰਧ ਬਣਾਈਏ ਤੇ ਕੰਧ ਦੇ ਉੱਪਰ ਪਲਸਤਰ ਕਰ ਦਈਏ, ਉਹ ਪਲਸਤਰ ਜਿਹੜਾ ਵਾ ਉਹ ਇੱਕ ਮਿਊਕਸ ਮੈਂਬਰੇਨ ਦੀ ਫਾਰਮ 'ਚ ਸਾਡੀ ਸਾਰੀ ਇੰਟਸਟਾਈਨ 'ਤੇ ਲੱਗਿਆ ਹੋਇਆ ਵੈ। ਉਹਦੇ ਨਾਲ ਫਾਇਦਾ ਇਹ ਹੁੰਦਾ ਵੈ ਕਿ ਸਾਡੀ ਕੋਈ ਵੀ ਡਾਈਜੈਸਟਿਵ ਇਨਜ਼ਾਈਮ, ਸਾਡਾ ਕੋਈ ਵੀ ਜਿਹੜਾ ਆਪਾਂ ਸਪਾਈਸੀ ਖਾ ਰਹੇ ਹਾਂ, ਫਰਾਈਡ ਖਾ ਰਹੇ ਹਾਂ, ਕੁਝ ਹੱਦ ਤੱਕਨ ਸਾਡੀ ਜਿਹੜੀ ਵਾਲ ਹੈ ਉਹਨੂੰ ਡੈਮੇਜ ਨਹੀਂ ਕਰਦਾ। ਹੁਣ ਜਦੋਂ ਕੁਛ ਕਾਰਨਾਂ ਕਰਕੇ, ਉਹਨਾਂ ਕੁਛ ਕਾਰਨਾਂ 'ਚ ਜੇ ਮੈਂ ਐਲੋਪੈਥੀ ਦੀ ਗੱਲ ਕਰਾਂ, ਤਾਂ ਐਲੋਪੈਥੀ 'ਚ ਮੰਨਿਆ ਜਾਂਦਾ ਵੈ ਕਿ ਆਟੋ ਇਮਿਊਨ ਡਿਸਆਰਡਰਸ ਕਰਕੇ, ਮਤਲਬ ਐਸੀ ਬਿਮਾਰੀਆਂ ਜਿਹਦੇ 'ਚ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਹ ਸਾਡੇ ਆਪਣੇ ਹੀ ਬੋਡੀ ਦੇ ਕਿਸੇ ਔਰਗਨ ਦੇ ਅਗੇਂਸਟ ਐਕਟਿਵ ਹੋ ਜਾਂਦਾ ਵੈ, ਜਿਹਦੇ 'ਚ ਜਿਹੜਾ ਅਲਸਰੇਟਿਵ ਕੋਲਾਈਟਿਸ ਹੈ ਉਹਦੇ 'ਚ ਮੰਨਿਆ ਜਾਂਦਾ ਵੈ ਕਿ ਉਹ ਸਾਡੇ ਡਾਈਜੈਸਟਿਵ ਟ੍ਰੈਕਟ ਦੇ ਅਗੇਂਸਟ ਐਕਟਿਵ ਹੋ ਜਾਂਦਾ ਹੈ। ਹੁਣ ਜੇ ਆਪਣਾ ਇਮਿਊਨ ਸਿਸਟਮ ਜਿਹਦਾ ਕੰਮ ਹੈ ਬਾਹਰੋਂ ਆਉਣ ਵਾਲੇ ਰੋਗਾਂ ਤੋਂ ਸਾਨੂੰ ਬਚਾਉਣਾ, ਬੈਕਟੀਰੀਆਜ਼ ਨਾਲ ਲੜਨਾ, ਵਾਇਰਸਿਸ ਦੇ ਨਾਲ ਲੜਨਾ, ਜੇ ਉਹ ਆਪਣੇ ਹੀ ਇੰਟਸਟਾਈਨ ਦਾ ਵੈਰੀ ਹੋ ਜਾਏਗਾ, ਉਹ ਕੀ ਕਰਦਾ ਵੈ ਕਿ ਜਿਹੜਾ ਮਿਊਕਸ ਮੈਂਬਰੇਨ ਕੁਦਰਤ ਨੇ ਸਾਨੂੰ ਦਿੱਤਾ ਵੈ ਉਹਨੂੰ ਜਗ੍ਹਾ ਜਗ੍ਹਾ ਤੋਂ ਖਾ ਜਾਂਦਾ ਵੈ। ਹੁਣ ਸਾਡੇ ਪੇਟ ਦੀਆਂ ਆਪਣੀਆਂ ਹੀ ਇਨਜ਼ਾਈਮਸ ਸਾਡੀ ਆਪਣੀ ਹੀ ਇੰਟਸਟਾਈਨ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੀਆਂ ਨੇ, ਜਿਹਦੇ ਨਾਲ ਜਿਹੜਾ ਸਭ ਤੋਂ ਪਹਿਲਾਂ ਸਾਈਨ ਆਉਂਦਾ ਵੈ ਉਹ ਆਉਂਦਾ ਵੈ ਖਾਣਾ ਖਾਣ ਤੋਂ ਬਾਅਦ ਬੰਦੇ ਨੂੰ ਮੋਸ਼ਨ ਜਾਣਾ ਪੈਂਦਾ ਵੈ। ਔਰ ਅਲਸਰੇਟਿਵ ਕੋਲਾਈਟਿਸ 'ਚ ਖਾਸ ਤੌਰ 'ਤੇ ਬੜੀ ਵਾਰੀ ਜਦੋਂ ਸਟੂਲ ਪਾਸ ਕਰਦਾ ਵੈ ਪੇਸ਼ੈਂਟ, ਉਹਨੂੰ ਉਹਦੇ 'ਚ ਬਲੱਡ ਵੀ ਆ ਸਕਦਾ ਵੈ, ਮਿਊਕਸ ਵੀ ਆ ਸਕਦਾ ਵੈ, ਡਿਸਕੰਫਰਟ ਤਾਂ ਰਹਿੰਦਾ ਹੀ ਰਹਿੰਦਾ ਵੈ, ਪੇਨ ਤਾਂ ਰਹਿੰਦੀ ਰਹਿੰਦੀ ਹੈ, ਉਹਦੇ ਨਾਲ ਨਾਲ ਬਲੱਡ ਵੀ ਆ ਸਕਦਾ ਵੈ ਜੀ ਸਟੂਲ ਦੇ ਅੰਦਰ, ਮਿਊਕਸ ਵੀ ਆ ਸਕਦਾ ਵੈ। ਔਰ ਇਹਦੇ ਨਾਲ ਨਾਲ ਇਹ ਤਾਂ ਹੋ ਗਏ ਜਿਹੜਾ ਉਹਨੂੰ ਸਟੂਲ ਔਰ ਇਟ ਦੇ ਨਾਲ ਰਿਲੇਟਡ ਪ੍ਰੋਬਲਮਸ ਆ ਰਹੀਆਂ ਨੇ, ਉਹਦੇ ਮੂੰਹ 'ਚ ਬੜੇ ਛਾਲੇ ਵੀ ਰਹਿਣੇ ਸ਼ੁਰੂ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ ਐਪਥਸ ਅਲਸਰਸ, ਕਾਫੀ ਵੱਡੇ ਅਲਸਰਸ ਹੁੰਦੇ ਨੇ, ਔਰ ਅਲਸਰੇਟਿਵ ਕੋਲਾਈਟਿਸ 'ਚ ਜਿਹੜਾ ਪੇਸ਼ੈਂਟ ਹੈ ਉਹਨੂੰ ਅਲਸਰ ਜਿਹੜੇ ਨੇ ਹੋ ਜਾਂਦੇ ਨੇ। ਔਰ ਇਹਦਾ ਰੀਜ਼ਨ ਐਲੋਪੈਥੀ 'ਚ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ, ਐਲੋਪੈਥੀ ਵਾਲੇ ਮੰਨਦੇ ਨੇ ਕਿ ਆਪਣਾ ਹੀ ਇਮਿਊਨ ਸਿਸਟਮ ਆਪਣੀ ਹੀ ਇੰਟਸਟਾਈਨ ਦੇ ਅਗੇਂਸਟ ਜਿਹੜਾ ਵੈ ਉਹ ਐਕਟਿਵ ਹੋ ਗਿਆ ਵੈ ਜੀ।
बाकी ये हूँ आप स्टार्ट देखिए तो साइंस केड़े रहेंगे ने कि जो सू लगे क्योंकि जिदा मैं स्टार्टिंग गल की अदरवाइज पेट दिया छोटिया मोटिया बीमारियां इग्नोर करना शुरू कर देने जो छोटी मोटी कोई टैबलेट ले ली जो कुछ ना कुछ घरेलू ही काम कर लिया पर कदों पता लगेगा कि बीमारी हूँ साड़ी पेट की बीमारी इस स्टेज पर पहुँच चुकी है। देखो कभी एक बार भारा खाना खाने तो बाद बंदे नू मोशन पास हो जाए कोई बड़ी मेजर चीज नहीं है। अगर बंदे दी ये स्टेज आ गई कि वो कुछ भी खा रहा है एक्सट्रीम केसेस से अल्सरेटिव कोलाइटिस दे पेशेंट साढ़े को लहो जे भी आ जाते हैं कि वो पानी भी पींदे ने ते उन्हां नू मोशन जाना पैंदा वा। ओके अगर ऐसा कुछ भी हो रहा है कि दिन च तुहानू दो तीन वारी तो ज्यादा वारी मोशन जाना पै रहा है खाना खाने तो बाद एक डिसकंफर्ट एक प्रैशर फील हो रहा है या कभी स्टूल च ब्लड मिक्सड आ रहा है तुहाडे माउथ अल्सर हो रहे हैं इन सारी चीज़ों के नाल नाल अगर एक कंबाइंड साइंस आ रहे हैं और तुहाडा वेट लॉस होना शुरू हो गया इन्हां दे करके इहदा मतलब है यह अल्सरेटिव कोलाइटिस हो सकता है इनू सीरीयसली लैन की लोड़ है। आयुर्वेद च अल्सरेटिव कोलाइटिस संग्रहणी कहा जाता है संग्रहणी इहदा मतलब है एक नवा रोग नहीं है सदियां तो पुराने जमाने च भी लोगों नूं हुंदा सी और उदों वी इहदा इलाज दस्या गया सी। जी सो इहदे नाल होर मेजर आपां खतरियां दी गल करिए की खतरा हो सकता है। देखो जी सब तो वड्डा खतरा जदों पेट च खाना ही नहीं टिकेगा इहदा मतलब है बंदे नूं न्यूट्रिशन ते मिलदी नहीं पई। बिल्कुल अगर इंसान अपने खाने चो न्यूट्रिशन ही नहीं निकाल पा रहा उहदा वेट भी घट सकदा वै बाकी जो वेट नहीं भी घटेगा उहदा एच बी फॉल होना शुरू हो जाएगा उहदे केस च उहनू वीकनेस रहेगी हर वेले थकिया थकिया रहेगा चिड़चिड़ा हो जाएगा मूँह च बार बार छाले होणगे खा नहीं पाएगा प्रॉपर यह सारिया कॉमन चीज़ा जिहड़ियां ने कंप्लीकेशनस ने अल्सरेटिव कोलाइटिस दियां ने और एक्सट्रीम कंडीशनस दे अंदर यह लाइलाज हो जाता वै। एलोपैथी च एक स्टेज तो बाद चो इहदा कोई इलाज संभव नहीं है। आयुर्वेद च भी अगर आपां सही समय ते दा इलाज नहीं करावांगे तो संग्रहणी एक पर्टिकुलर स्टेज तो बाद लाइलाज हो जाती है। जी जी सो कदों के तुहानू लगता है कि इहदा ट्रीटमेंट जिहड़ा करा लेना चाहिए। देखो जिस तरह ही एक बंदे नूं मैं ते हमेशा ही कहांगा आपां अपने पेट नूं बड़ा लाइटली लैंदे आ जिस तरह कि मैं उस दिन लाइव शो च भी दस्या चाहे वह एसिडिटी है चाहे वह अफारा है चाहे वह कॉन्सटीपेशन है तो चाहे वह फैटी लीवर है साडा पेट साडी सारी बॉडी का ध्यान रखता वै क्योंकि आप खावांगे वह खाना पचेगा तो साडे बॉडी के हर सैल नूं नरिशमेंट देगा इहदा मतलब है कि आहार सब तो इंपॉर्टेंट चीज़ है। आयुर्वेद भी कहा गया है आहार निद्रा तो ब्रह्मचर्य यह तीन उप स्तंभ ने जीवन के जिन्हों अगर आप तरीके फॉलो करांगे तो बहुत लेट साड़ी एजिंग होएगी तो आप बड़ी बीमारियों तो बच सकांगे। इस करके जरूरी है कि आहार जिहड़ा कि सब तो मेन चीज़ है वो पचन का आप पूरा ध्यान रखिए। अगर तुहानू इह लग रहा है कि खाना खाने तो बाद मैनू प्रैशर बनता वै मैं डिसकंफर्ट फील करदा वा उहनू कदी इग्नोर ना करो वो अल्सरेटिव कोलाइटिस की स्टार्टिंग हो सकती है। यह बहुत जरूरी है कि अगर वह संग्रहणी की स्टार्टिंग है आप ठीक करिए क्योंकि संग्रहणी के बारे च एक बड़ा कॉमन लक्षण आता वै स्टार्टिंग के अंदर मुहुर बदम मुहुर द्रवम मतलब कभी तो तुहानू भारा खाना खाधा हुआ भी पच जाएगा तो कभी हल्का खाना भी नहीं पचेगा। इस करके कभी सॉलिड स्टूल कभी लूज स्टूल्स पता ही नहीं चलेगा बंदे कि कदों मनु किस चीज़ के नाल लूज स्टूल आ जाना तो कदों किसी सॉलिड स्टूल रहेगा यह ग्रहणी का डायग्नोस्टिक साइन है और अगर यह लग रहा है कि ऐसे साइंस आ रहे हैं इमीडिएटली सानू प्रॉपर ट्रीटमेंट वाल प्रोसीड करना चाहिए। जी तो सर आयुर्वेद की ट्रीटमेंट रहेगा। देखो आयुर्वेद जो संग्रहणी है ये बड़े ही वधिया इलाज संभव ने पर अगर मैं सही गल कहां तो इलाज संग्रहणी का है ही आयुर्वेद अंदर। जी अल्सरेटिव कोलाइटिस एक ऐसा डिजीज है जिदे च एलोपैथी अंदर स्टीरॉयड्स तो इलावा कुछ भी खास नहीं है कुछ एंटासिड्स कुछ कोर्टिकोस्टेरॉइड्स पेशेंट नूं दिते जांदे ने ताकि जिहड़ा इम्यून सिस्टम जिहड़ा वा उहदी इंटेस्टाइन दे अगेंस्ट एक्टिव होया हुआ है उस इम्यून सिस्टम नूं थोड़ी देर वास्ते दबाया जा सके लेकिन यह कोई इलाज नहीं है। उही कोर्टिकोस्टेरॉइड्स जिहड़े कि इम्यून सिस्टम नूं दबाव नूं दिते जांदे ने फर्दर अल्सरेशन कॉज करदे ने यही कारण है कि अल्सरेटिव कोलाइटिस दे पेशेंट्स प्रॉपरली ठीक नहीं हो पाते जबकि जदों आपां आयुर्वेद की गल करिए ਆਪਾਂ ਦੋਨੋਂ ਤਰੀਕੇ ਨਾਲ ਪੇਸ਼ੈਂਟ ਦਾ ਇਲਾਜ ਕਰ ਸਕਦੇ ਹਾਂ। ਬਹੁਤ ਸਾਰੇ ਅਲਸਰੇਟਿਵ ਕੋਲਾਈਟਿਸ ਦੇ ਪੇਸ਼ੈਂਟ ਸਾਡੇ ਕੋਲ ਦਾਖਲ ਹੋ ਕੇ ਇਲਾਜ ਕਰਵਾਉਂਦੇ ਨੇ। ਸਾਡੇ ਕੋਲ ਦਿੱਲੀ ਦੇ ਅੰਦਰ ਇੱਕ ਬਹੁਤ ਹੀ ਵੱਡਾ ਇਨਡੋਰ ਪੰਚਕਰਮਾ ਸੈਂਟਰ ਹੈ ਜਿੱਥੇ ਸਭ ਤਰ੍ਹਾਂ ਦੀਆਂ ਪੰਚਕਰਮਾ ਥੈਰੇਪੀਜ਼ ਆਪਾਂ ਕਰਵਾਉਂਦੇ ਹਾਂ ਜਿਹਦੇ 'ਚ ਆਯੁਰਵੇਦ ਦੀ ਸ਼ੋਧਨ ਚਿਕਿਤਸਾ ਆਪਾਂ ਕਰਦੇ ਹਾਂ। ਆਯੁਰਵੇਦ ਦੀ ਸ਼ੋਧਨ ਚਿਕਿਤਸਾ ਦਾ
ਸੰਗ੍ਰਹਿਣੀ ਅੰਦਰ, ਅਲਸਰੇਟਿਵ ਕੋਲਾਈਟਿਸ ਅੰਦਰ ਬਹੁਤ ਮੇਜਰ ਰੋਲ ਹੈ। ਇਸ ਤੋਂ ਇਲਾਵਾ ਖਾਣ ਪੀਣ ਦੀ ਅਗਰ ਆਪਾਂ ਗੱਲ ਕਰੀਏ, ਕੁਛ ਐਸੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਅਗਰ ਸ਼ੁਰੂਆਤ ਤੋਂ ਆਪਾਂ ਯੂਜ਼ ਕਰੀਏ ਤਾਂ ਅਲਸਰੇਟਿਵ ਕੋਲਾਈਟਿਸ ਦੀ ਐਕਸਟ੍ਰੀਮ ਸਟੇਜਿਸ 'ਤੇ ਜਾਣ ਤੋਂ ਆਪਾਂ ਬਚ ਸਕਦੇ ਹਾਂ। ਉਹਦੇ 'ਚ ਸਭ ਤੋਂ ਪਹਿਲੇ ਆ ਜਾਂਦਾ ਬੇਲ, ਬੇਲ ਜਿਹੜਾ ਕਿ ਸ਼ਿਵ ਜੀ ਨੂੰ ਚੜ੍ਹਾਇਆ ਜਾਂਦਾ ਵਾ, ਜਿਹਨੂੰ ਪੰਜਾਬੀ 'ਚ ਆਪਾਂ ਬਿੱਲ ਵੀ ਕਹਿੰਦੇ ਹਾਂ, ਬਿੱਲ ਪੱਤਲ ਵੀ ਕਹਿੰਦੇ ਹਾਂ। ਜਿਹੜਾ ਬੇਲ ਦਾ ਫਲ ਹੈ ਉਸ ਫਲ ਦਾ ਆਪਾਂ ਜੂਸ ਪੀ ਸਕਦੇ ਹਾਂ, ਉਸ ਫਲ ਦਾ ਆਪਾਂ ਮੁਰੱਬਾ ਖਾ ਸਕਦੇ ਹਾਂ, ਉਸ ਫਲ ਨੂੰ ਸੁਕਾ ਕੇ ਉਹਦਾ ਆਪਾਂ ਪਾਊਡਰ ਵੀ ਖਾ ਸਕਦੇ ਹਾਂ। ਇਹ ਤਿੰਨਾਂ 'ਚੋਂ ਆਪਾਂ ਕੁਛ ਵੀ ਇਸਤੇਮਾਲ ਕਰੀਏ ਸਾਡੀ ਇੰਟੈਸਟਾਈਨ ਨੂੰ ਅੰਦਰੋਂ ਉਹ ਹੀਲ ਕਰਦਾ ਵਾ। ਦੂਸਰੀ ਚੀਜ਼ ਮਠਾ, ਘਰ ਦਾ ਜਮਾਇਆ ਦਹੀਂ ਲਓ, ਉਹਨੂੰ ਥੋੜ੍ਹਾ ਜਿਹਾ ਰਿੜਕੋ, ਉਹਦੇ ਅੰਦਰ ਜੀਰਾ ਭੁੰਨ ਕੇ ਪਾਓ, ਥੋੜ੍ਹਾ ਜਿਹਾ ਉਹਦੇ 'ਚ ਪਾਓ ਪਾਕਿਸਤਾਨੀ ਨਮਕ, ਅਤੇ ਬਿਲਕੁਲ ਇੱਕ ਪਿੰਚ ਪਾਣੀ ਹੈ ਹਿੰਗ ਪੀਸ ਕੇ। ਇਹ ਮਠਾ ਦਿਨ 'ਚ ਘੱਟੋ ਘੱਟ 2-3 ਵਾਰੀ ਲਓ। ਤੀਸਰੀ ਚੀਜ਼, ਕੋਸ਼ਿਸ਼ ਕਰੋ ਕਿ ਹਫ਼ਤੇ ਦੇ 7 ਦਿਨਾਂ ਦੇ ਵਿੱਚੋਂ ਹਫ਼ਤੇ ਦੇ 2 ਦਿਨ ਐਸੇ ਰੱਖੋ ਜਿਸ ਦਿਨ ਤੁਸੀਂ ਅੰਨ ਨਹੀਂ ਖਾਣਾ, ਉਸ ਦਿਨ ਸਿਰਫ ਅਤੇ ਸਿਰਫ ਮਠਾ ਪੀਣਾ ਵਾ। ਤੁਸੀਂ 2-3-4 ਲੀਟਰ ਤੱਕ ਵੀ ਮਠਾ ਲੈ ਸਕਦੇ ਹੋ ਆਪਣੇ ਪਾਚਨ ਸ਼ਕਤੀ ਅਨੁਸਾਰ, ਲੇਕਿਨ ਉਸ ਦਿਨ ਅੰਨ ਬਿਲਕੁਲ ਨਹੀਂ ਖਾਣਾ। ਇਹ ਕੋਮਨ ਚੀਜ਼ਾਂ ਜਿਹੜੀਆਂ ਤੁਸੀਂ ਘਰ 'ਚ ਵੀ ਕਰ ਸਕਦੇ ਹੋ। ਇਸ ਤੋਂ ਥੋੜ੍ਹਾ ਜਿਹਾ ਅੱਗੇ ਚਲੇ ਜਾਈਏ ਅਤੇ ਰਸੌਂਤ, ਰਸੌਂਤ ਦਾਰੂ ਹਲਦੀ ਦਾ ਨਿਰਯਾਸ ਹੈ। ਰਸੌਂਤ ਆਮ ਪੁਰਾਣੇ ਜ਼ਮਾਨੇ 'ਚ ਬੱਚੇ ਨੂੰ ਦਿੱਤੀ ਜਾਂਦੀ ਸੀ ਕਿ ਉਹਦੇ ਪੇਟ 'ਚ ਕੀੜੇ ਨਾ ਆਉਣ। ਅਗਰ ਇੱਕ ਬੱਚਾ ਛੋਟੇ ਹੁੰਦੇ ਆਪਣਾ ਥੰਮ ਸਕਿੰਗ ਕਰਦਾ ਸੀ, ਜਿਸ ਤਰ੍ਹਾਂ ਕਿ ਬੱਚੇ ਅਕਸਰ ਛੋਟੇ ਕਰਦੇ ਸੀ, ਉਹਦੇ ਅੰਗੂਠੇ 'ਤੇ ਰਸੌਂਤ ਲਾ ਦਿੱਤੀ ਜਾਂਦੀ ਸੀ। ਰਸੌਂਤ ਜਦੋਂ ਲਾਈ ਜਾਂਦੀ ਸੀ ਉਹ ਕੌੜੀ ਹੁੰਦੀ ਹੈ, ਬੱਚਾ ਉਹਦੇ ਡਰ ਤੋਂ ਥੰਮ ਮੂੰਹ 'ਚ ਨਹੀਂ ਪਾਉਂਦਾ ਸੀ, ਅੰਗੂਠਾ ਚੂਸਣ ਦੀ ਉਹਦੀ ਆਦਤ ਛੁੱਟ ਜਾਂਦੀ ਸੀ, ਪਲੱਸ ਉਹ ਜਿਹੜੀ ਉਹਦੇ ਥੰਮ ਦੇ ਰਾਹੀਂ ਰਸੌਂਤ ਉਹਦੇ ਪੇਟ 'ਚ ਜਾਂਦੀ ਸੀ, ਉਹ ਉਹਦੀ ਇੰਟੈਸਟਾਈਨ ਨੂੰ ਵੀ ਫਾਇਦਾ ਕਰਦੀ ਸੀ ਅਤੇ ਪੇਟ ਦੇ ਕੀੜੇ ਵੀ ਖਤਮ ਕਰਦੀ ਸੀ। ਉਹੀ ਰਸੌਂਤ ਜਿਹੜੀ ਹੈ ਉਹ ਬਹੁਤ ਹੀ ਚੰਗੀ ਹੈ ਜੀ ਸੰਗ੍ਰਹਿਣੀ ਅੰਦਰ, ਅਲਸਰੇਟਿਵ ਕੋਲਾਈਟਿਸ ਦੇ ਅੰਦਰ ਰਸੌਂਤ ਦਾ ਸੇਵਨ ਵੀ ਕਰਵਾਇਆ ਜਾ ਸਕਦਾ ਵਾ। ਕੋਸ਼ਿਸ਼ ਕਰੋ, ਅਗਰ ਅਲਸਰੇਟਿਵ ਕੋਲਾਈਟਿਸ ਥੋੜ੍ਹਾ ਪਰੇਸ਼ਾਨ ਕਰ ਰਿਹਾ ਵਾ, ਇਹ ਚੀਜ਼ਾਂ ਨਾਲ ਤੁਸੀਂ ਫਾਇਦਾ ਕਰ ਸਕਦੇ ਹੋ। ਬਟ ਅਲਸਰੇਟਿਵ ਕੋਲਾਈਟਿਸ ਇੱਕ ਐਸੀ ਬਿਮਾਰੀ ਹੈ ਜਿਹੜੀ ਅਗਰ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਜੀ, 1 ਦਿਨ ਦਾ ਵੀ ਸਮਾਂ ਨਾ ਲਾਓ। ਨੰਬਰਸ ਸਾਡੇ ਤੁਹਾਡੇ ਕੋਲ ਆ ਰਹੇ ਨੇ, ਤੁਸੀਂ ਆਪਣੀ ਡਿਟੇਲ ਸਾਨੂੰ ਫੋਰਵਰਡ ਕਰੋ। ਮਕਸਦ ਇਹ ਨਹੀਂ ਕਿ ਆਪਾਂ ਤੁਹਾਨੂੰ ਕੋਈ ਦਵਾਈਆਂ ਦੱਸਣੀਆਂ ਨੇ, ਮਕਸਦ ਹੈ ਵੈ ਕੰਡੀਸ਼ਨ ਦੇ ਹਿਸਾਬ ਨਾਲ ਆਪਾਂ ਇਹ ਦੇਖਣਾ ਵੈ ਕਿ ਕਰਨਾ ਕੀ ਚਾਹੀਦਾ ਵੈ। ਉਸ ਵੇਲੇ ਜੋ ਜ਼ਰੂਰੀ ਹੈ ਆਪਾਂ ਤੁਹਾਨੂੰ ਗਾਈਡ ਕਰਾਂਗੇ, ਕਿਉਂਕਿ ਇਹ ਇੱਕ ਐਸਾ ਰੋਗ ਹੈ ਜਿਹਦੇ 'ਚ ਮੈਂ ਬੜੇ ਹੀ ਕੇਸਿਸ ਖਰਾਬ ਹੁੰਦੇ ਦੇਖੇ ਨੇ। ਲੋਕ ਜਨਰਲੀ ਅੱਛੇ ਤੋਂ ਅੱਛੇ ਐਲੋਪੈਥਿਕ ਡਾਕਟਰ ਕੋਲ ਚਲੇ ਜਾਂਦੇ ਨੇ, ਈਵਨ ਕੁਛ ਆਯੁਰਵੈਦਿਕ ਡਾਕਟਰਸ ਕੋਲ ਵੀ ਜਾਂਦੇ ਨੇ। ਅਲਸਰੇਟਿਵ ਕੋਲਾਈਟਿਸ ਨੂੰ ਠੀਕ ਕਰਨਾ ਬਹੁਤ ਈਜ਼ੀ ਨਹੀਂ ਹੈ, ਆਯੁਰਵੇਦ 'ਚ ਵੀ ਇਹਨੂੰ ਠੀਕ ਕਰਨਾ ਟਫ ਹੈ। ਇਸੇ ਕਰਕੇ ਹੀ ਸੰਗ੍ਰਹਿਣੀ ਨੂੰ ਕ੍ਰਿਛ ਸਾਧਯ ਅਤੇ ਅਸਾਧਯ ਦੋ ਕੈਟਾਗਰੀਜ਼ 'ਚ ਵੰਡਿਆ ਗਿਆ ਵਾ। ਅਗਰ ਸਹੀ ਸਮੇਂ 'ਤੇ ਚਲੇ ਜਾਈਏ ਤਾਂ ਕ੍ਰਿਛ ਸਾਧਯ ਮਤਲਬ ਥੋੜ੍ਹੇ ਐਫਰਟਸ ਨਾਲ, ਥੋੜ੍ਹੇ ਡਾਕਟਰ ਦੇ ਐਫਰਟਸ ਨਾਲ, ਥੋੜ੍ਹੇ ਪੇਸ਼ੈਂਟ ਦੇ ਐਫਰਟਸ ਨਾਲ ਠੀਕ ਹੋਣ ਵਾਲਾ ਰੋਗ। ਜਦਕਿ ਅਗਰ ਐਡਵਾਂਸ ਸਟੇਜਿਸ 'ਤੇ ਚਲੇ ਜਾਏ ਤਾਂ ਅਸਾਧਯ ਨਾ ਠੀਕ ਹੋਣ ਵਾਲਾ ਰੋਗ। ਬਿਲਕੁਲ ਜੀ, ਸੋ ਤੁਸੀਂ ਦੱਸਿਆ ਕਿ ਜੇਕਰ ਸਹੀ ਟਾਈਮ ਤੇ ਆਪਾਂ ਨਹੀਂ ਟ੍ਰੀਟਮੈਂਟ ਲਵਾਂਗੇ ਤੇ ਲਾਇਲਾਜ ਵੀ ਹੋ ਸਕਦਾ। ਬਿਲਕੁਲ ਜੀ ਬਿਲਕੁਲ, ਸੋ ਬਿਲਕੁਲ ਜੀ, ਕੋਸ਼ਿਸ਼ ਇਹ ਕਰੋ ਕਿ ਛੋਟੀਆਂ ਮੋਟੀਆਂ ਬਿਮਾਰੀਆਂ ਨੂੰ ਜਿਹੜਾ ਆ ਤੁਸੀਂ ਇਗਨੋਰ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ, ਕਿਉਂਕਿ ਹੌਲੀ ਹੌਲੀ ਉਹੀ ਵੱਧ ਕੇ ਇੱਕ ਬਹੁਤ ਹੀ ਖਤਰਨਾਕ ਜਿਹੜਾ ਰੂਪ ਧਾਰਨ ਕਰ ਲੈਂਦੀਆਂ ਨੇ। ਵੱਡੀ ਤੋਂ ਵੱਡੀ ਬਿਮਾਰੀ ਜਿਹੜੀ ਆ ਉਹਨਾਂ ਦਾ ਕਰਕੇ ਹੀ ਹੋ ਸਕਦੀ ਹੈ। ਸੋ ਜੇਕਰ ਤੁਹਾਨੂੰ ਵੀ ਸਾਈਨ ਦਿਖ ਰਹੇ ਨੇ ਜ਼ਰੂਰ ਪਹੁੰਚੋ ਜੀ, USA ਦੇ ਵਿੱਚ ਸੈਂਟਰਸ ਹੈਗੇ ਨੇ, ਉਹਨਾਂ ਸੈਂਟਰਸ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ, ਕਿਉਂਕਿ ਜਿਵੇਂ ਦੱਸਿਆ ਕਿ ਐਲੋਪੈਥੀ ਦੇ ਵਿੱਚ ਜਿਹੜਾ ਹੈਗਾ ਟ੍ਰੀਟਮੈਂਟ ਨਹੀਂ ਹੈਗਾ। ਅਸੀਂ ਸਿਰਫ ਇਹੀ ਨਹੀਂ ਗੱਲ ਕਰਦੇ, ਅਦਰਵਾਈਜ਼ ਮੈਂ ਵੀ ਪਰਸਨਲੀ ਕਹਾਂ ਤਾਂ ਮੈਨੂੰ ਵੀ ਹੁੰਦਾ ਕਿ ਆਪਾਂ ਆਯੁਰਵੇਦ ਤਰੀਕੇ ਦੇ ਨਾਲ ਹੀ ਟ੍ਰੀਟਮੈਂਟ ਲਈਏ, ਕਿਉਂਕਿ ਐਲੋਪੈਥੀ ਦੇ ਨਾਲ ਲੈਂਦੇ ਹਾਂ ਬਹੁਤ ਸਾਰੇ ਸਾਈਡ ਇਫੈਕਟ ਵੀ ਹੋ ਜਾਂਦੇ ਨੇ, ਬਿਮਾਰੀ ਜਿਹੜੀ ਜੜ੍ਹ ਤੋਂ ਖਤਮ ਨਹੀਂ ਹੁੰਦੀ। ਈਵਨ ਆਪਾਂ ਦੇਖਦੇ ਹੈਗੇ ਕਿ ਸਿਰ ਵੀ ਦਰਦ ਹੁੰਦਾ ਹੈ, ਇੱਕ ਐਲੋਪੈਥੀ ਕੋਈ ਵੀ ਮੈਡੀਸਿਨ ਲੈ ਲੈਂਦੇ ਹਾਂ, ਟੈਬਲੇਟ ਲੈ ਲੈਂਦੇ, ਜਿੰਨੀ ਦੇਰ ਲੈ ਲਈ ਠੀਕ ਹੈ, ਅਦਰਵਾਈਜ਼ ਉਸ ਤੋਂ ਬਾਅਦ ਫਿਰ ਤੋਂ ਡੇਲੀ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ। ਇਹਦੀ ਬਾਕੀ ਬਿਮਾਰੀਆਂ ਵੀ ਹੈਗੀਆਂ ਨੇ, ਪਰ ਆਯੁਰਵੇਦ ਤਰੀਕੇ ਦੇ ਨਾਲ ਜਦੋਂ ਅਸੀਂ ਟ੍ਰੀਟਮੈਂਟ ਲੈਂਦੇ ਹੈਗੇ ਆ ਤਾਂ ਬਿਮਾਰੀ ਜੜ ਤੋਂ ਖਤਮ ਹੁੰਦੀ ਹੈ। ਸੋ ਸਰ, ਜਿਵੇਂ ਤੁਸੀਂ ਇਨਡੋਰ ਐਕਟੀਵਿਟੀਜ਼ ਅਸੀਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ, ਬਹੁਤ ਸਾਰੇ ਨਵੇਂ ਵਿਊਰ ਸਾਡੇ ਨਾਲ ਜੁੜੇ ਹੋਣਗੇ, ਦਿੱਲੀ ਦੇ ਵਿੱਚ ਜਿਵੇਂ ਕਿ ਸੈਂਟਰਸ ਹੈਗਾ ਉੱਥੇ ਇਨਡੋਰ ਐਕਟੀਵਿਟੀਜ਼ ਬਹੁਤ ਜ਼ਿਆਦਾ ਕਰਵਾਈਆਂ ਜਾਂਦੀਆਂ ਨੇ, ਚਾਹੇ ਕੋਈ ਵੀ ਬਿਮਾਰੀ ਹੁੰਦੀ ਹੈ। ਸੋ ਅਸੀਂ ਆਡੀਅੰਸ ਨੂੰ ਕਹਿ ਦਿੰਦੇ ਹਾਂ ਵੀ ਇੰਡੀਆ ਦੇ ਵਿੱਚ ਵਿਜ਼ਿਟ ਕਰ ਰਹੇ ਹੋ ਜਾਂ ਤੁਹਾਡਾ ਕੋਈ ਆਪਣਾ ਇੱਥੇ ਹੈਗਾ, ਇੱਕ ਵਾਰ ਵਿਜ਼ਿਟ ਜ਼ਰੂਰ ਕਰਕੇ ਦੇਖੋ। ਸੋ ਸਰ, ਜਿਵੇਂ ਤੁਸੀਂ ਦੱਸਿਆ ਕਿ ਪੇਸ਼ੈਂਟ ਨੂੰ
ਉੱਥੇ ਇਨਡੋਰ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਦਿੱਲੀ ਸੈਂਟਰ ਦੇ ਵਿੱਚ, ਪਰ ਬਾਈ ਚਾਂਸ ਹੁਣ ਪੇਸ਼ੈਂਟ ਜਿਹੜੇ ਯੂ ਐੱਸ ਏ ਦੇ ਵਿੱਚ ਹੈ ਨਹੀਂ ਇੱਥੇ ਪਹੁੰਚ ਸਕਦੇ, ਅਤੇ ਉੱਥੇ ਇਨਡੋਰ ਟ੍ਰੀਟਮੈਂਟ ਹੋ ਸਕਦਾ ਜੀ? ਯੂ ਐੱਸ ਏ ਦੇ ਅੰਦਰ ਵੀ ਜੀ, ਨਿਊਯਾਰਕ ਦੇ ਅੰਦਰ ਆਪਾਂ ਰੀਸੈਂਟਲੀ ਜਿਹੜਾ ਵਾ ਉਹ ਪੰਚਕਰਮਾ ਸਟਾਰਟ ਕੀਤਾ ਵਾ। ਓਕੇ, ਜਦੋਂ ਲਾਸਟ ਟਾਈਮ ਮੇਰੀ ਆਪਣੇ ਵਿਊਅਰਸ ਨਾਲ ਗੱਲ ਹੁੰਦੀ ਸੀ, ਉਹਨਾਂ ਦੀ ਇੱਕ ਰਿਕੁਐਸਟ ਰਹਿੰਦੀ ਸੀ ਕਿ ਕੁਛ ਐਸਾ ਕੀਤਾ ਜਾਏ ਕਿ ਯੂ ਐੱਸ ਏ 'ਚ ਰਹਿ ਰਹੇ ਲੋਕ ਵੀ ਪੰਚਕਰਮਾ ਕਰਵਾ ਪਾਉਣ, ਅਤੇ ਆਪਾਂ ਸਟਾਰਟ ਕਰ ਦਿੱਤਾ ਜੀ ਨਿਊਯਾਰਕ ਦੇ ਅੰਦਰ। ਤੁਸੀਂ ਸਾਡੇ ਹੈਲਪਲਾਈਨ ਨੰਬਰਸ 'ਤੇ ਕੋਂਟੈਕਟ ਕਰ ਸਕਦੇ ਹੋ, ਨਿਊਯਾਰਕ ਦੇ ਅੰਦਰ ਵੀ ਪੰਚਕਰਮਾ ਕਰਵਾ ਸਕਦੇ ਹੋ। ਅਗਰ ਪ੍ਰੋਬਲਮ ਬਹੁਤ ਐਕਸਟ੍ਰੀਮ ਨਹੀਂ ਹੈ ਤਾਂ ਆਪਾਂ ਜਿਹੜੀਆਂ ਸਿੰਪਲ ਪੰਚਕਰਮਾ ਥੈਰੇਪੀਜ਼ ਨੇ ਜਿਹੜੀ ਕਿ ਯੂ ਐੱਸ ਗਵਰਨਮੈਂਟਸ ਨੂੰ ਅਲਾਓ ਕਰਦੀ ਹੈ, ਉਹਨਾਂ ਥੈਰੇਪੀਜ਼ ਦੇ ਨਾਲ ਤੁਹਾਨੂੰ ਯੂ ਐੱਸ 'ਚ ਹੀ ਠੀਕ ਕਰਾਂਗੇ। ਅਗਰ ਪ੍ਰੋਬਲਮ ਬਹੁਤ ਐਕਸਟ੍ਰੀਮ ਹੈ, ਕੁਛ ਐਸੀਆਂ ਥੈਰੇਪੀਜ਼ ਨੇ ਜਿਹੜੀਆਂ ਇੰਡੀਆ 'ਚ ਅਲਾਊਡ ਨੇ, ਐਡਵਾਂਸ ਨੇ, ਉਹਦੇ ਵਾਸਤੇ ਇਨਡੋਰ ਐਡਮਿਸ਼ਨ ਅਤੇ ਬਹੁਤ ਟ੍ਰੇਨ ਡਾਕਟਰਸ ਅਤੇ ਟੈਕਨੀਕਲ ਟੀਮ ਚਾਹੀਦੀ ਹੈ, ਉਹ ਸਾਡੇ ਕੋਲ ਇੰਡੀਆ 'ਚ ਅਵੇਲੇਬਲ ਹੈ। ਇਸ ਕਰਕੇ ਸਿੰਪਲ ਪ੍ਰੋਬਲਮਸ ਵਾਸਤੇ ਪੰਚਕਰਮਾ ਅੱਜ ਦੀ ਡੇਟ 'ਚ ਆਪਾਂ ਯੂ ਐੱਸ 'ਚ ਵੀ ਅਵੇਲੇਬਲ ਕਰਵਾ ਚੁੱਕੇ ਹਾਂ, ਔਰ ਕੰਪਲੈਕਸ ਪ੍ਰੋਬਲਮਸ ਵਾਸਤੇ ਪੰਚਕਰਮ ਆਪਾਂ ਚਾਹਾਂਗੇ ਕਿ ਤੁਸੀਂ ਇੰਡੀਆ 'ਚ ਸਟੇ ਕਰਕੇ ਕਰੋ ਜੀ। ਬਿਲਕੁਲ ਜੀ, ਸੋ ਜੇਕਰ ਪ੍ਰੋਬਲਮ ਬਹੁਤ ਹੀ ਜ਼ਿਆਦਾ ਵੱਧ ਕੀ ਹੈਗੀ ਆ, ਅਦਰਵਾਈਜ਼ ਵੀ ਜਿਵੇਂ ਕਿ ਸਾਡਾ ਲਾਈਫ ਸਟਾਈਲ ਇੰਨਾ ਜ਼ਿਆਦਾ ਚੇਂਜ ਹੋ ਜਾਂਦਾ, ਸੋ ਰਿਲੈਕਸ ਹੋਣ ਦੇ ਲਈ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਤੁਸੀਂ ਹਮੇਸ਼ਾ ਇੰਟਰਡਿਊਸ ਕਰਦੇ ਰਹਿੰਦੇ ਹੋ ਤਾਂ ਕਰਵਾ ਲੈਣੀਆਂ ਚਾਹੀਦੀਆਂ। ਬਿਲਕੁਲ ਜੀ, ਬੋਡੀ ਨੂੰ ਅਗਰ ਆਪਾਂ ਆਪਣੇ ਡੀਟੋਕਸੀਫਾਈ ਕਰਕੇ ਚੱਲਾਂਗੇ, ਆਪਾਂ ਬੜੇ ਰੋਗਾਂ ਤੋਂ ਬਚ ਸਕਾਂਗੇ। ਅੱਜ ਅਗਰ ਆਪਾਂ ਆਪਣੀ ਗੱਡੀ ਦੀ ਵੀ ਗੱਲ ਕਰੀਏ ਜਿਹੜੀ ਕਿ ਆਪਾਂ ਬਦਲ ਸਕਦੇ ਹਾਂ, ਉਹਦੀ ਵੀ ਆਪਾਂ ਸਰਵਿਸ ਟਾਈਮ 'ਤੇ ਕਰਵਾਉਂਦੇ ਹਾਂ। ਇੱਕ ਗੱਡੀ 'ਚ ਕੋਈ ਪ੍ਰੋਬਲਮ ਥੋੜ੍ਹਾ ਨਾ ਆਈ ਹੁੰਦੀ ਹੈ ਜਦੋਂ ਆਪਾਂ ਦੀ ਸਰਵਿਸਿੰਗ ਵਾਸਤੇ ਉਹਨੂੰ ਏਜੰਸੀ 'ਚ ਦੇ ਆਉਂਦੇ ਹਾਂ, ਇਹਦਾ ਮਤਲਬ ਹੈ ਕਿ ਮਸ਼ੀਨਰੀ ਚਾਹੇ ਕੋਈ ਵੀ ਹੈ, ਚਾਹੇ ਸਾਡਾ ਸਰੀਰ ਵੀ ਹੈ, ਇੱਕ ਸਮੇਂ ਤੋਂ ਬਾਅਦ ਉਹਦੀ ਸਰਵਿਸਿੰਗ ਬਹੁਤ ਜ਼ਰੂਰੀ ਹੈ। ਹੁਣ ਗੱਡੀ ਦੀ ਵੀ ਸਰਵਿਸ ਨਹੀਂ ਕਰਾਵਾਂਗੇ ਤਾਂ ਕੀ ਹੋਏਗਾ? ਕੋਈ ਨਾ ਕੋਈ ਪ੍ਰੋਬਲਮ ਕਰੇਗੀ, ਫਿਰ ਆਪਾਂ ਖਰਾਬ ਗੱਡੀ ਲੈ ਕੇ ਠੀਕ ਕਰਾਉਣ ਜਾਵਾਂਗੇ। ਇਸੇ ਤਰੀਕੇ ਦੇ ਨਾਲ ਸਾਡੀ ਡੇਲੀ ਐਕਟੀਵਿਟੀਜ਼ ਦੇ ਨਾਲ ਸਾਡੀ ਬੋਡੀ 'ਚ ਕਈ ਤਰ੍ਹਾਂ ਦੇ ਟੌਕਸਿਨਸ ਇਕੱਠੇ ਹੁੰਦੇ ਚਲੇ ਜਾਂਦੇ ਨੇ, ਉਹਨਾਂ ਟੌਕਸਿਨਸ ਨੂੰ ਸਮੇਂ ਤੋਂ ਸਮੇਂ ਸਰੀਰ 'ਚੋਂ ਨਿਕਾਲਣਾ ਬਹੁਤ ਜ਼ਰੂਰੀ ਹੈ। ਨਿਕਾਲ ਦੇਵਾਂਗੇ ਬਹੁਤ ਸਾਰੀ ਬਿਮਾਰੀਆਂ ਤੋਂ ਬਚ ਸਕਾਂਗੇ, ਨਹੀਂ ਨਿਕਾਲਾਂਗੇ ਫਿਰ ਬਿਮਾਰ ਹੋ ਕੇ ਆਪਾਂ ਥੈਰੇਪੀਜ਼ ਜਾਂ ਪੰਚਕਰਮਾ ਕਰਵਾਉਣ ਜਾਵਾਂਗੇ। ਇਸ ਕਰਕੇ ਅਗਰ ਤੁਸੀਂ ਤੰਦਰੁਸਤ ਹੋ, ਆਪਣੀ ਤੰਦਰੁਸਤੀ ਨੂੰ ਮੇਨਟੇਨ ਕਰਨ ਵਾਸਤੇ, ਹੈਲਥ ਨੂੰ ਰੀਜੂਵੀਨੇਟ ਕਰਨ ਵਾਸਤੇ ਤੁਸੀਂ ਪੰਚਕਰਮਾ ਜ਼ਰੂਰ ਕਰਵਾਓ ਜੀ। ਬਿਲਕੁਲ ਜੀ, ਜੇਕਰ ਤੁਸੀਂ ਇੰਡੀਆ ਦੇ ਵਿੱਚ ਵਿਜ਼ਿਟ ਕਰਨ ਵਾਲੇ ਹੋ ਤਾਂ ਇੱਕ ਵਾਰ ਵਿਜ਼ਿਟ ਦਿੱਲੀ ਸੈਂਟਰ ਦੇ ਵਿੱਚ ਵੀ ਕਰਕੇ ਦੇਖੋ। ਬਾਕੀ ਕੋਈ ਰਿਲੇਟਿਵ ਹੈਗੇ ਨੇ ਤੁਸੀਂ ਉੱਥੇ ਉਹਨਾਂ ਨੂੰ ਵੀ ਭੇਜ ਸਕਦੇ ਹੋ, ਜੇਕਰ ਉਹਨਾਂ ਨੂੰ ਕੋਈ ਹੈਲਥ ਇਸ਼ੂ ਹੈਗਾ ਅਦਰਵਾਈਜ਼ ਵੀ ਭੇਜ ਸਕਦੇ ਹੋ, ਕਿਉਂਕਿ ਕਈ ਵਾਰੀ ਹੁੰਦਾ ਕਿ ਇੱਕਦਮ ਯੂ ਐੱਸ ਏ ਤੋਂ ਆਉਣਾ ਜਾਂ ਕਿਸੇ ਹੋਰ ਕੰਟਰੀ ਤੋਂ ਆਉਣਾ ਥੋੜ੍ਹਾ ਜਿਹਾ ਟਫ ਲੱਗਦਾ ਹੈਗਾ, ਤਾਂ ਆਪਣੇ ਕਿਸੇ ਰਿਲੇਟਿਵ ਨੂੰ ਭੇਜ ਦਿਓ, ਇੱਕ ਵਾਰ ਉਹ ਜਾ ਕੇ ਉੱਥੇ ਉੱਥੋਂ ਦਾ ਮਾਹੌਲ ਸਭ ਕੁਝ ਦੇਖ ਸਕਣ, ਅਤੇ ਉਸ ਤੋਂ ਬਾਅਦ ਉਹ ਤੁਹਾਨੂੰ ਜ਼ਰੂਰ ਰੈਫਰ ਕਰਨਗੇ ਜੀ। ਅਤੇ ਬਾਕੀ ਯੂ ਐੱਸ ਏ ਦੇ ਵਿੱਚ 15 ਅਗਸਤ ਤੋਂ ਬਾਅਦ ਤੁਸੀਂ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਮਿਲ ਸਕਦੇ ਹੋ, ਕਿਉਂਕਿ ਵਿਜ਼ਿਟ ਕਰਨ ਵਾਲੇ ਨੇ ਉੱਥੇ ਅਦਰਵਾਈਜ਼ ਵੀ ਸੈਂਟਰਸ ਨੇ ਅਲੱਗ ਅਲੱਗ ਜਗ੍ਹਾ 'ਤੇ, ਉਹਨਾਂ ਦੇ ਐਡਰੈਸ ਪ੍ਰੋਪਰ ਐਡਰੈਸ ਜਿਹੜੇ ਲੈਣੇ ਨੇ, ਅਤੇ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ ਤੋਂ ਤੁਸੀਂ ਲੈ ਸਕਦੇ ਹੋ, ਘਰ ਬੈਠੇ ਦਵਾਈ ਵੀ ਮੰਗਵਾ ਸਕਦੇ ਹੋ ਇਹਨਾਂ ਨੰਬਰ 'ਤੇ ਕਾਲ ਕਰਕੇ, ਮਹਿਜ਼ ਇੱਕ ਨੰਬਰ ਨੇ, ਇਹਨਾਂ ਨੰਬਰ 'ਤੇ ਕਾਲ ਕਰਕੇ ਤੁਸੀਂ ਹਰ ਤਰ੍ਹਾਂ ਦੀ ਬਿਮਾਰੀ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਹਾਸਿਲ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।